कड़ी मित्रां दी वैरियां दा साल आ गया, हट पिछे हट ताली आल आ गया। हैलो जी, की हाल चाल, मैं तुहाड़ा अपना हरपाल तालीवाल। ते मित्रो, अज सवेर दा प्लान बन डिया सी सीपी चलीए जां कितें घूमण चलीए, ते आ दोवें बॉयज रेडी हो गए कहिंदे यार असीं सीपी जाणा है। फिर मेरा भी मन कीता यार अज तैयार शार होंदे आ ते चलदे आ सीपी, लेकिन अचानक अज व्लॉग व्लूग बनाउणा नहीं सी, लेकिन अचानक जिद्दां ही सीपी च एंट्री मारी बहुत तेज मीह पैण लग पिया, बहुत ज़्यादा तेज। ਤੇ ਸਾਨੂੰ 5 ਮਿੰਟ ਹੋ ਗਏ ਨੇ ਗੱਡੀ ਦੇ ਵਿੱਚ ਹੀ, ਅਸੀਂ ਸਾਹਮਣੇ ਉੱਥੇ ਤੱਕ ਨਹੀਂ ਜਾ ਪਾ ਰਹੇ। ਤੇ ਚਲੋ 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 ਨਿਕਲੋ, ਤੇ ਆਪਣਾ ਜਿਹੜਾ ਵਲੋਗ ਹੀ ਅੱਜ ਬਣਨਾ ਨਹੀਂ, ਸੱਸ ਕਰਦਾ ਹੀ ਉਹਨੂੰ ਫਾਰ ਕਢਾ ਕੇ ਕਹਿੰਦਾ ਨਹੀਂ ਆਪਣਾ ਵਲੋਗ ਅੱਜ ਬਣਨਾ ਨਹੀਂ। ਫਿਰ ਮੈਂ ਆਖਿਆ ਯਾਰ ਅੱਜ ਮਾਹੌਲ ਲੱਗ ਰਿਹਾ ਹੈ ਓਏ ਯਾਰ ਆ ਤੇ ਪੂਰੀ ਅਰੇ ਗਾਇਸ ਵਰਨਾ ਬੜੀ ਮਾੜੀ ਹੋਈ ਹੈ। ਇਹ ਆਹੀ ਚੱਪਲ 'ਚ ਸ਼ੋਰਟਸ 'ਚ ਹੈ ਨਾ ਟੇਸਟਾਂ ਪਰਨੇ ਅੱਜ ਇਹ ਨਿਕਲ ਗਏ ਨੇ, ਅਤੇ ਮੈਂ ਆਇਆ ਪੱਗ ਬੰਨ ਕੇ, ਮੈਂ ਬੂਟ ਵੀ ਪਾਏ ਨੇ ਅੱਜ ਨਵੇਂ ਵਾਲੇ, ਅਤੇ ਯਾਰ ਰਾਤ ਨਿਕਲ ਗਏ ਨੇ। ਹਿੰਮਤ ਕਰਕੇ ਜਾਵਾਂ ਕੀ ਕਰਾਂ ਯਾਰ, ਮੀਂਹ ਬੜਾ ਪੈਣ ਡਿਆ ਯਾਰ, ਹੋਰ ਤੇਜ਼ ਹੋ ਗਿਆ ਵਾ, ਉਹ ਤਾਂ ਨਿਕਲ ਕੇ ਮੈਨੂੰ ਛੱਡ ਗਏ। ਬੂਟਾਂ ਦੀ ਟੈਨਸ਼ਨ ਨਹੀਂ, ਮੈਨੂੰ ਬੂਟ ਨਾ ਗੰਦੇ ਹੋ ਜਾਣ। ਅਤੇ ਮਿੱਤਰੋ, ਮੀਂਹ ਤੋਂ ਡਿੱਗਦੇ ਢਿੰਦੇ ਬੜੀ ਮੁਸ਼ਕਿਲ ਨਾਲ ਚੰਨਾਂ ਵਿੱਚੋਂ ਵੜ ਕੇ ਬਚੇ ਹਾਂ, ਅਤੇ ਹੁਣ ਆਪਣੇ ਬੋਇਸ ਲੱਗੇ ਨੇ ਸ਼ੋਪਿੰਗ ਕਰਨ 'ਤੇ, ਆਪਾਂ ਤਾਂ ਕਰਨੀ ਨਹੀਂ ਅੱਜ, ਕਿੰਨੀ ਕੁ ਕਰੀ ਜਾਈਏ ਯਾਰ, ਹਰ ਵਲੋਗ 'ਚ ਤੁਸੀਂ ਕਹਿਣਾ ਕੱਪੜੇ ਹੀ ਲੈਂਦੇ ਰਹਿੰਦੇ ਆ। ਤੇ ਗਾਈਸ, ਆਪਾਂ ਨਾ ਸਵੇਰ ਦੇ ਆਏ ਹੋਏ ਹਾਂ ਇੱਥੇ, ਅਗਰ ਤੁਸੀਂ ਵੇਖਿਆ ਹੋਊਗਾ ਮੀਂਹ 'ਚ ਭਿੱਜਦੇ, ਅਤੇ ਬਾਅਦ 'ਚੋਂ ਆਪਣੀ ਟੀਮ ਜਿਹੜੀ ਭੰਗੂ, ਸ਼ੰਮੀ ਅਤੇ ਨਵਜੋਤ ਇਹ ਪਿੰਡ 'ਚ ਲੱਗੇ ਵਾਪਸ। ਮੈਨੂੰ ਕਹਿੰਦੇ ਕਿ ਮਤਲਬ ਤੂੰ ਚੱਲਣਾ ਚੱਲ, ਨਹੀਂ ਤਾਂ ਨਹੀਂ। ਅਤੇ ਮੈਨੂੰ ਜਿਹੜਾ ਸੀ ਕੰਮ ਵਾ ਦਿੱਲੀ ਕੱਲ੍ਹ ਨੂੰ, ਅਤੇ ਮੈਂ ਕਿਹਾ ਯਾਰ ਤੁਸੀਂ ਜਾਓ, ਮੈਂ ਇੱਕ ਦੋ ਦਿਨ ਰੁਕ ਕੇ ਆਊਂਗਾ। ਅਤੇ ਇੰਨੀ ਦੇਰ 'ਚ ਫਿਰ ਆਪਣਾ ਕੀ ਨਾਮ ਲੈਂਦੇ ਸਾਹਿਬੀ ਜੀ ਕਹਿੰਦੇ ਮੈਂ ਆ ਰਿਹਾ ਵਾਂ, ਅਤੇ ਸਾਹਿਬ ਸਾਹਿਬ ਇੱਧਰ ਆਓ, ਸਾਹਿਬ ਆਪਣਾ ਆਪਣਾ ਪੁਰਾਣਾ ਯਾਰ ਮਿੱਤਰ ਹੈ ਦਿੱਲੀ 'ਚ, ਮਤਲਬ ਸਾਹਿਬ ਆਪਾਂ ਨੂੰ 4-5 ਸਾਲ ਤਾਂ ਹੋ ਗਏ ਹੋਣੇ, ਹੈ ਨਾ, ਆਰਾਮ ਨਾਲ 4-5 ਸਾਲ ਹੋ ਗਏ ਆਪਾਂ ਨੂੰ ਮਿਲਦੇ ਨੂੰ, ਲੇਕਿਨ ਆਪਾਂ ਕਾਫੀ ਟਾਈਮ ਤੋਂ ਮਿਲੇ ਨਹੀਂ। ਅਤੇ ਸਾਹਿਬ ਦਾ ਵੀ ਫੋਨ ਆ ਗਿਆ, ਕਹਿੰਦਾ ਕਿੱਥੇ, ਮੈਂ ਕਿਹਾ ਸੀਪੀ, ਸਾਹਿਬ ਆ ਗਿਆ ਸੀਪੀ, ਸਾਹਿਬੀ ਆ ਗਿਆ ਸੀਪੀ, ਅਸੀਂ ਭੁੱਖ ਲੱਗ ਰਹੀ, ਥੋੜ੍ਹਾ ਦੇਰ ਖਾਂਦੇ ਪੀਂਦੇ ਰਹੇ। ਅਤੇ ਯਾਰ ਤੁਸੀਂ ਕਹਿਣਾ ਵਲੋਗ ਨਹੀਂ ਬਣਾਇਆ ਯਾਰ, ਅੱਜ ਮੈਂ ਨਾ ਪਾਵਰ ਬੈਂਕ ਵੀ ਕੈਰੀ ਨਹੀਂ ਕੀਤਾ, ਅਤੇ ਮੇਰੇ ਫੋਨ ਦੀ ਵੀ ਬੈਟਰੀ ਲੋਅ ਸੀ, ਅਤੇ ਮੈਂ ਇੰਨਾ ਯੂਜ਼ ਵੀ ਨਹੀਂ ਕੀਤਾ ਨੈੱਟ ਨੂੰ। ਅਤੇ ਫਿਰ ਅਚਾਨਕ ਸਾਹਿਬ ਨੂੰ ਕੋਲ ਆਈ, ਭਾਅ ਜੀ ਦੀ ਮੈਂ ਦਿੱਲੀ ਆ ਰਿਹਾ ਵਾਂ, ਨਾਲ ਮਿਕਸਿੰਗ ਭਾਅ ਜੀ, ਅਤੇ ਕਹਿੰਦੇ ਆਪਾਂ ਮਤਲਬ ਤੁਸੀਂ ਕਿੱਥੇ ਹੋ ਦੱਸੋ, ਅਤੇ ਫਿਰ ਸਾਹਿਬ ਕਹਿੰਦਾ ਕਿ ਆਪਾਂ ਇੱਥੇ ਹੀ ਹਾਂ ਸੀਪੀ, ਅਤੇ ਤੁਸੀਂ ਦੱਸ ਦਿਓ ਭਾਅ ਜੀ। ਅਤੇ ਉਹ ਕਹਿੰਦੇ ਅਸੀਂ ਵੀ ਸੀਪੀ ਆ ਰਹੇ ਹਾਂ, ਮਤਲਬ ਕੋਇੰਸੀਡੈਂਟਲੀ ਉਹ ਵੀ ਸੀਪੀ ਆ ਰਹੇ ਸੀ। ਫਿਰ ਹੁਣ ਅੱਜ ਤਾਂ ਉਹਨਾਂ ਨੂੰ ਮਤਲਬ ਜਾਣਾ ਹੀ ਕਿਤੇ, ਉਹਨਾਂ ਦੀ ਮੀਟਿੰਗ ਸੀਗੀ, ਅਤੇ ਉਹ ਮਿਕਸਿੰਗ ਭਾਅ ਜੀ ਅਤੇ ਆਪਣੇ ਅਮਰ ਸੰਧੂ ਭਾਅ ਜੀ ਕਹਿੰਦੇ ਕਿ ਕੋਈ ਚੱਕਰ ਨਹੀਂ, ਮੈਂ ਆਉਣਾ 10 ਦਿਨ ਤੱਕ, ਫਿਰ ਮਿਲਦੇ ਹਾਂ। ਯਾਰ ਇੰਨਾ ਮਜ਼ਾ ਆਇਆ ਨਾ ਮਿਲ ਕੇ, ਮਤਲਬ ਤੁਸੀਂ ਵੇਖੀ ਆਈ ਆ ਕਲਿੱਪ, ਇੰਨੇ ਡਾਊਨ ਟੂ ਅਰਥ ਬੰਦਾ ਯਾਰ, ਮਤਲਬ ਐਕਸਪੈਕਟਡ ਨਹੀਂ ਸੀ ਸਾਬੀ, ਹੈ ਨਾ। ਬਿਲਕੁਲ ਭਾਅ ਜੀ, ਤੈਨੂੰ ਕਿਵੇਂ ਲੱਗਾ? ਬਹੁਤ ਮਜ਼ਾ ਆ ਗਿਆ ਭਾਅ ਜੀ, ਫਿਰ ਤੋਂ ਬਹੁਤ, ਫਿਰ ਤੋਂ ਆਈ ਲਵ ਯੂ ਯਾਰ ਦਿਲੋਂ। ਸਾਹਿਬ ਭਾਅ ਜੀ ਨੂੰ ਵੀ ਕਹੇ, ਸਾਹਿਬ ਭਾਅ ਜੀ ਨੂੰ ਤਾਂ ਫਿਰ SS ਕੀ ਸਾਬੀ ਹੋਰ ਸਾਹਿਬ। ਓ ਮਾਈ ਗੋਡ, ਤੁਸੀਂ ਤੇ ਟਿਊਨਿੰਗਾਂ ਲਾ ਲੀਆਂ, ਬਾਕੀ ਅਸੀਂ ਫਿਰ ਮਤਲਬ ਪਲੈਨਿੰਗ, ਹੁਣ ਮੈਂ ਥੋੜ੍ਹਾ ਜਿਹਾ ਮਿਲ ਗਿਆ ਤੁਹਾਨੂੰ ਪਤਾ, ਵਾਰਤਾਲਾਪ ਕੀਤੀ, ਭਾਅ ਜੀ ਕਹਿੰਦੇ ਕੋਈ ਚੱਕਰ ਨਹੀਂ ਆਪਾਂ ਦੁਬਾਰਾ ਮਿਲਾਂਗੇ, ਅਤੇ ਬਹਿ ਕੇ ਗੱਲਾਂ ਹੋਣਗੀਆਂ। ਅਤੇ ਗਾਈਸ, ਅਗਰ ਤੁਹਾਡੇ ਮਨ 'ਚ ਕੋਈ ਕੁਐਰੀ ਹੈ, ਕੋਈ ਕੁਐਸਚਨ ਹੈ ਜੋ ਮੈਂ ਪੁੱਛਾਂ ਉਹਨਾਂ ਨੂੰ, ਅਤੇ ਤੁਸੀਂ ਕਮੈਂਟ ਡਾਊਨ ਕਰਕੇ ਦੱਸੋ। ਅਤੇ ਫਿਲਹਾਲ ਆਪਾਂ ਚੱਲੇ ਹਾਂ ਕਿਤੇ ਡਿਨਰ ਕਰਨ, ਅਤੇ ਕੁਛ ਡਿਨਰ ਕਰਾਂਗੇ, ਖਾਵਾਂਗੇ ਪੀਵਾਂਗੇ, ਅਤੇ ਸਾਹਿਬ ਨੂੰ ਉਹਦੇ ਘਰ ਸੀ ਆਫ ਕਰਾਂਗੇ, ਅਤੇ ਸਾਹਿਬੀ ਅਤੇ ਮੈਂ ਜਾਵਾਂਗੇ ਆਪਣੇ ਫਲੈਟ ਵੱਲ। ਓਕੇ ਬੇਟੀ, ਜਾਓ ਦੀਦੀ, ਮਿਲਦੇ ਹਾਂ, ਜਲਦੀ ਮਿਲਦੇ ਹਾਂ, ਚਲੋ ਸਾਹਿਬੀ ਜੀ। ਹੁਣ ਯਾਰ ਆਪਾਂ ਚੱਲੀਏ, ਲੇਟ ਹੋ ਗਏ ਬਹੁਤ ਜ਼ਿਆਦਾ, ਗੱਲਾਂ ਬਾਤਾਂ ਕਰਦੇ ਖਾ ਪੀ ਕੇ ਨਿਕਲੀਏ। ਸਾਹਿਬ ਆਈ, ਸਾਹਿਬ ਆਈ, ਸੂਨ ਸੂਨ ਮਿਲਦੇ ਹਾਂ, ਜਲਦੀ ਮਿਲਦੇ ਹਾਂ ਫਿਰ, ਠੀਕ ਆ। ਓਕੇ ਡਾਰਲਿੰਗ, ਮਜ਼ਾ ਆਇਆ ਜਾਣਾ। ਓਕੇ।
ਸ਼ਰਮਾਉਂਦਾ ਜੀ ਪੂਰਾ ਪੂਰਾ ਸ਼ਰਮਾਉਂਦਾ ਜੀ ਹੋ ਜਾਂਦਾ ਯਾਰ ਹਰ ਕੋਈ ਬੰਦਾ ਨਹੀਂ ਫੈਮਿਲੀਅਰ ਹੁੰਦਾ ਬਾਕੀ ਇੰਨਾ ਬੜਾ ਵਿਚਾਰਾ ਇੱਦਾਂ ਇੱਦਾਂ ਕਰ ਦਿੰਦਾ ਵੀ ਤੋ ਪੀਲੋ ਤੁਸੀਂ ਪੀਲੋ ਪੀਲੋ ਫਟਾਫਟ ਚਲੋ ਹੁਣ ਚਲੋ ਹੁਣ ਬੈਲਟ ਬੈਲਟ ਸੇਫਟੀ ਦਾ ਪੂਰਾ ਧਿਆਨ ਰੱਖਦੇ ਹਰਪਾਲ ਸਿੰਘ ਬੈਲਟ ਲਾਣਗੇ